ਹੈਲੋ ਸਟੂਡੈਂਟਸ ਵੈਲਕਮ ਟੂ ਐਰਿਡੇਸ਼ਨ ਸਟੱਡੀਜ਼ ਐਰਿਡੇਸ਼ਨ ਸਟੱਡੀਜ਼ ਦੀ ਅਫੀਸ਼ੀਅਲ ਚੈਨਲ ਤੇ ਤੁਹਾਡਾ ਸਵਾਗਤ ਹੈ ਐਜ਼ ਯੂ অল نو ਇਸ ਪਾਰਟिकुलर ਸੈਸ਼ਨ ਦੇ ਵਿੱਚ ਆਪਾਂ ਡੇਲੀ ਦੇ ਕਰੰਟ ਅਫੇਅਰਸ ਦਾ ਸੈਸ਼ਨ ਕਰਦੇ ਹਾਂ ਜਿਸ ਦੇ ਵਿੱਚ ਕੀ ਆਪਾਂ ਸਾਰੇ ਹੀ ਇੰਪੋਰਟੈਂਟ ਨਿਊਜ਼ਪੇਪਰਸ ਨੂੰ ਕਵਰ ਕਰਦੇ ਹਾਂ ਦ ਹਿੰਦੂ ਟਾਈਮਜ਼ ਆਫ ਇੰਡੀਆ ਇੰਡੀਅਨ ਐਕਸਪ੍ਰੈਸ एवरीथिंग ਰਾਈਟ ਔਰ ਇਹ ਨਾ ਸਿਰਫ ਪੰਜਾਬ ਪੁਆਇੰਟ ਆਫ View ਦੇ ਨਾਲ ਹੀ ਨਹੀਂ ਡਿਜ਼ਾਈਨ ਕੀਤਾ ਜਾਂਦਾ ਬਲਕਿ ਇਹ ਸੈਸ਼ਨ ਜੋ ਹੈ ਇੰਡੀਆ ਦੇ ਵਿੱਚ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਐਨੀ ਐਗਜ਼ਾਮ ਚਾਹੇ ਉਹ ਬੈਂਕਿੰਗ ਹੈ ਯੂਪੀਐਸਸੀ ਹੈ ਪੀਸੀਐਸ ਹੈ ਐਨੀ ਐਗਜ਼ਾਮ ਹਰ ਇੱਕ ਦੇ ਲਈ ਇੰਪੋਰਟੈਂਟ ਰਹੇਗਾ ਕਿਉਂਕਿ ਕਰੰਟ ਅਫੇਅਰ ਅੱਜ ਦੀ ਡੇਟ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪਾਰਟ ਹੈ ਕਿਸੇ ਵੀ ਐਗਜ਼ਾਮ ਦਾ ਰਾਈਟ ਇਸ ਲਈ ਇਹਨੂੰ ਤੁਸੀਂ ਡੇਲੀ ਦੇਖਿਆ ਕਰੋ ਔਰ ਆਪਣੇ ਜਿੰਨੇ ਵੀ ਤੁਹਾਡੇ WhatsApp ਜਾਂ ਫਿਰ Telegram ਦੇ ਉੱਪਰ ਸਟੱਡੀ ਗਰੁੱਪਸ ਹੈ ਉਹਨੇ ਸ਼ੇਅਰ ਕਰਿਆ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਆਪਣੇ ਨਾਲ ਜੁੜ ਸਕਣ ਔਰ ਇਹਨਾਂ ਸੈਸ਼ਨਸ ਨੂੰ ਆਪਾਂ ਹੋਰ ਜ਼ਿਆਦਾ ਅੱਛਾ ਔਰ ਫਰੂਟਫੁਲ ਬਣਾ ਸਕੀਏ ਓਕੇ ਅੱਜ ਦਾ ਸੈਸ਼ਨ ਰਹੇਗਾ 19th ਆਫ ਜੂਨ 2021 ਦਾ ਕਰੰਟ ਅਫੇਅਰਸ ਦਾ ਸੈਸ਼ਨ ਅਗਰ ਤੁਹਾਨੂੰ ਪੀਡੀਐਫ ਚਾਹੀਦੀ ਹੈ ਤਾਂ ਟੈਲੀਗ੍ਰam ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਤੁਸੀਂ ਉੱਥੋਂ ਦੀ ਡਾਊਨਲੋਡ ਕਰ ਸਕਦੇ ਹੋ ਫਰਸਟ ਕੁਐਸਚਨ ਦੇਖਦੇ ਹਾਂ ਵਿਚ ਸਟੇਟ ਹੈਸ ਡਿਸਾਈਡਡ ਟੂ ਸੈਟ ਅਪ ਇਟਸ ਓਨ ਸੀਰੀਜ਼ ਆਫ ਐਨੂਅਲ ਔਰਡ ਸਿਮਿਲਰ ਟੂ ਭਾਰਤ ਰਤਨ ਉਸ ਸਟੇਟ ਦਾ ਨਾਮ ਦੱਸੋ ਜਿਸ ਨੇ ਹਾਲੇ ਵਿੱਚ ਡਿਸਾਈਡ ਕੀਤਾ ਹੈ ਕਿ ਅਸੀਂ ਆਪਣੇ ਇੱਕ ਸਾਲਾਨਾ ਔਰਡ ਲੈ ਕੇ ਆਵਾਂਗੇ ਜੋ ਕਿ ਬਿਲਕੁਲ ਭਾਰਤ ਰਤਨ ਦੇ ਨਾਲ ਸਿਮਿਲਰ ਹੋਣਗੇ ਰੈਪਲੀਕਾ ਹੋਣਗੇ ਇਸ ਦਾ ਆਨਸਰ ਹੋ ਜਾਏਗਾ ਅਸਾਮ ਅਸਾਮ ਨੇ ਹੁਨੇ ਹੁਨੇ ਅਨਾਉਂਸ ਕੀਤਾ ਹੈ ਕਿ ਦੋ ਤਰ੍ਹਾਂ ਦੇ ਔਰਡ ਲੈ ਕੇ ਆਉਣਗੇ ਪਹਿਲੇ ਤਾਂ ਹੈਗੇ ਆ ਜੋ ਕਿ ਬਿਲਕੁਲ ਭਾਰਤ ਰਤਨ ਦੀ ਰੈਪਲੀਕਾ ਹੈ ਔਰ ਦੂਸਰੇ ਹੋਣਗੇ ਜੋ ਕਿ ਪਦਮਾ ਅਵਾਰਡਸ ਵਰਗੇ ਹੋਣਗੇ ਦੇਖੋ ਇਹਦੇ ਵਿੱਚ ਐਨੂਅਲ ਅਵਾਰਡ ਰਹਿਣਗੇ ਇਹਨਾਂ ਦੇ ਪਹਿਲੇ ਅਵਾਰਡ ਦਾ ਇਹਨਾਂ ਨੇ ਨਾਮ ਰੱਖਿਆ ਆ ਅਸਮ ਰਤਨ ਅਵਾਰਡ ਓਕੇ ਇਹਦੇ ਵਿੱਚ ਇੱਕ ਪਰਸਨ ਨੂੰ ਹਰ ਸਾਲ ਅਵਾਰਡ ਦਿੱਤਾ ਜਾਏਗਾ ਔਰ ਉਹ ਵਾਲਾ ਪਰਸਨ ਹੋਏਗਾ ਜਿਸਨੇ ਕਿ ਸੋਸਾਇਟੀ ਦੇ ਲਈ ਕੋਈ ਵੀ ਸਿਗਨੀਫੀਕੈਂਟ ਕੰਟਰੀਬਿਊਸ਼ਨ ਕੀਤਾ ਹੋਏਗਾ ਇਹਦੇ ਲਈ ਪ੍ਰਾਈਸ ਮੈਨ ਨੇ ਕਿੰਨੀ ਰੱਖੀ ਗਈ ਹੈ 5 ਲੱਖ ਰੁਪੀਆ ਅਗਰ ਗੱਲ ਕਰਦੇ ਆ ਪਦਮਾ ਅਵਾਰਡ ਦੇ ਲਈ ਤਾਂ ਇਹਨਾਂ ਨੇ ਤਿੰਨ categories ਰੱਖੀਆਂ ਆ ਪਹਿਲੀ ਹੈ ਅਸਮ ਵਿਭੂਸ਼ਣ ਫਿਰ ਅਸਮ ਭੂਸ਼ਣ ਇਹਦੇ ਵਿੱਚ ਜੋ ਹੈ ਵਿਭੂਸ਼ਣ ਦੇ ਵਿੱਚ ਆਪਾਂ ਨੂੰ ਤਿੰਨ ਅਵਾਰਡ ਦਿੱਤੇ ਜਾਣਗੇ ਔਰ ਇਹਦੇ ਵਿੱਚ 3 ਲੱਖ ਦੀ ਹੀ ਪ੍ਰਾਈਸ ਮਨੀ ਰੱਖੀ ਗਈ ਹੈ। ਭੂਸ਼ਣ ਦੇ ਵਿੱਚ ਦੋ ਅਵਾਰਡ ਔਰ 2 ਲੱਖ ਦੀ ਪ੍ਰਾਈਸ ਮਨੀ ਔਰ ਇਹਦੇ ਵਿੱਚ 10 ਅਵਾਰਡ ਦਿੱਤੇ ਜਾਣਗੇ ਔਰ 1 ਲੱਖ ਰੁਪਏ ਹਰ ਪਰਸਨ ਨੂੰ ਦਿੱਤਾ ਜਾਏਗਾ ਐਜ਼ ਐਨ ਅਵਾਰਡ। ਅਗਰ ਭਾਰਤ ਰਤਨ ਦੀ ਗੱਲ ਕਰੀਏ ਤਾਂ ਇੰਡੀਆ ਦਾ ਹਾਈएस्ट ਸਿਵਿਲিয়ান ਅਵਾਰਡ ਹੈ ਔਰ ਇਹਨੂੰ ਸਟਾਰਟ ਕੀਤਾ ਗਿਆ ਸੀ 2 ਜਨਵਰੀ 1954 ਦੇ ਵਿੱਚ। ਔਰ 2011 ਤੋਂ ਪਹਿਲਾਂ ਜੋ ਇਹ ਅਵਾਰਡ ਹਨ ਇਹ ਸਾਰੀਆਂ ਕੈਟਾਗਰੀਜ਼ ਦੇ ਵਿੱਚ ਨਹੀਂ ਮਿਲਦਾ ਸੀ। ਇਹਨੂੰ ਕੁਝ ਇੱਕ ਪਾਰਟਿਕੂਲਰ ਕੈਟਾਗਰੀ ਲਈ ਦਿੱਤਾ ਜਾਂਦਾ ਸੀ ਜਿਵੇਂ ਕਿ ਆਰਟ ਸਾਇੰਸ ਐਂਡ ਪਬਲਿਕ ਸਰਵਿਸ ਐਂਡ 2011 ਤੋਂ ਬਾਅਦ ਇਹ ਨੂੰ ਬਾਕੀ ਕੈਟਾਗਰੀਜ਼ ਦੇ ਲਈ ਓਪਨ ਕੀਤਾ ਗਿਆ ਔਰ ਇਹਦੇ ਵਿੱਚ ਮੈਕਸਿਮਮ 3% ਨੂੰ ਅਵਾਰਡ ਮਿਲਦਾ ਹੈ ਹਰ ਸਾਲ ਦੇ ਵਿੱਚ ਔਰ ਨੋਮੀਨੇਸ਼ਨ ਕੌਣ ਕਰਦਾ ਹੈ ਪ੍ਰਾਈਮ ਮਿਨਿਸਟਰ ਕਰਦਾ ਹੈ ਔਰ ਅਵਾਰਡ ਦਿੰਦਾ ਕੌਣ ਹੈ ਤਾਂ ਇਹ ਦਿੰਦੇ ਨੇ ਪ੍ਰੈਸੀਡੈਂਟ ਓਕੇ ਔਰ ਇਹਨਾਂ ਅਵਾਰਡ ਦੇ ਵਿੱਚ ਇੱਕ ਸਰਟੀਫਿਕੇਟ ਪ੍ਰੋਵਾਈਡ ਕੀਤਾ ਜਾਂਦਾ ਹੈ ਔਰ ਉਹਦੇ ਨਾਲ ਨਾਲ ਇੱਕ ਮੈਡਲ ਦਿੱਤਾ ਜਾਂਦਾ ਹੈ ਜੋ ਕਿ ਪੀਪਲ ਦੀ ਸ਼ੇਪ ਦਾ ਹੁੰਦਾ ਹੈ ਰਾਈਟ ਔਰ ਇਹਦੇ ਜਿੰਨੇ ਵੀ ਅਵਾਰਡਿਸ ਰਹਿੰਦੇ ਆ ਨਾ ਉਹ ਸੈਵਨਥ ਰੈਕ ਦੇ ਉੱਪਰ ਆਉਂਦੇ ਆ ਆਪਣੇ ਇੰਡੀਆ ਦੇ ਜਿੰਨੇ ਵੀ ਪ੍ਰੈਸਟੀਜੀਅਸ ਪਰਸਨ ਹੈ ਉਹਨਾਂ ਅਸਾਮ ਦੀ ਜੋ ਕੈਪੀਟਲ ਰਹੇਗੀ ਉਹ ਹੈ 디ਸਪੁਰ ਇੱਥੇ ਦੇ ਸੀਐਮ ਹੋ ਜਾਣਗੇ ਹਿਮੰਤਾ ਬਿਸ਼ਵਾਸ ਸ਼ਰਮਾ ਗਵਰਨਰ ਰਹਿਣਗੇ ਜਗਦੀਸ਼ ਮੁਖੀ ਜੀ ਅਗਰ ਕਰੰਟ ਨਾ ਰਿਲੇਟ ਕਰਦੇ ਆ ਤਾਂ ਅਸਾਮ ਦੀ ਇੱਕ ਜਗ੍ਹਾ ਹੈ ਕੁੰਡੋਲੀ ਐਨੂੰ ਨਾ ਰਿਜ਼ਰਵ ਫੋਰੈਸਟ ਪ੍ਰਪੋਜ਼ ਕੀਤਾ ਹੋਇਆ ਹੈ ਇੱਥੇ ਲਾਈਟਨਿੰਗ ਦੇ ਨਾਲ 18 ਐਲੀਫੈਂਟ ਦੀ ਡੈਥ ਹੋ ਗਈ ਔਰ 2001 ਤੋਂ ਬਾਅਦ ਪਹਿਲੀ ਵਾਰ ਹੀ ਹੋਇਆ ਹੈ ਕਿ ਐਨੀ ਵੱਡੀ ਗਿਣਤੀ ਦੇ ਵਿੱਚ ਐਲੀਫੈਂਟ ਦੀ ਇਕੱਠੇ ਹੀ ਡੈਥ ਹੋਈ ਹੋਵੇ ਔਰ ਇੱਥੇ ਪਹਿਲੀ ਵਾਰੀ ਬੋਹਾਗ ਬੀਹੂ ਨਾਮ ਦਾ ਇੱਕ ਬर्ड ਹੈ ਜਿੰਨੂੰ ਕਿ ਕਾਊਂਟ ਕਰਨਾ ਸਟਾਰਟ ਕੀਤਾ ਗਿਆ ਹੈ ਬੀਸੀਆਈ ਵੱਲੋਂ ਵਿਸ਼ੇ ਮਤਲਬ ਬਰਡ ਕਾਊਂਟ ਆਫ ਇੰਡੀਆ AIB ਜੋ ਬੈਂਕ ਹੈ ਐਨੇ 304 ਮਿਲੀਅਨ ਡਾਲਰ ਦਾ ਹੈਲਪ ਦਿੱਤੀ ਹੈ ਤਾਂ ਕਿ ਅਸਾਮ ਦਾ ਜੋ ਟਰਾਂਸਮਿਸ਼ਨ ਪ੍ਰੋਜੈਕਟ ਹੈ ਉਹਨੂੰ ਪੂਰਾ ਕੀਤਾ ਜਾ ਸਕੇ ਔਰ ਹਾਲ ਹੀ ਦੇ ਵਿੱਚ 118 ਸਾਲ ਬਾਅਦ ਮੈਂਡਰੇਨ ਡੱਕ ਨੂੰ ਅਸਾਮ ਦੇ ਵਿੱਚ ਦੇਖਿਆ ਗਿਆ ਉਹ ਬਹੁਤ ਹੀ ਕਲਰਫੁਲ ਐਂਡ ਬਿਊਟੀਫੁਲ ਡੱਕ ਹੁੰਦੀ ਹੈ ਤੁਸੀਂ ਇਹਨੂੰ ਗੂਗਲ ਕਰਕੇ ਇੱਕ ਵਾਰੀ ਜ਼ਰੂਰ ਦੇਖਣਾ ਔਰ ਇੱਥੇ ਐਸਟੈਬਲਿਸ਼ ਕੀਤਾ ਗਿਆ ਹੈ ਇੰਡੋ-ਇਜ਼ਰਾਈਲੀ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟਬਲਸ ਅੱਥੇ ਇਜ਼ਾਇਨ ਦਾ ਜੋ ਸਾਇੰਟਿਸਟ ਹੈ ਉਹ ਅਸਾਮ ਦੇ ਫਾਰਮਰਸ ਨੂੰ ਦੱਸਣਗੇ ਕલ્ਟੀਵੇਸ਼ਨ ਦੇ ਅੱਛੇ-ਅੱਛੇ ਤਰੀਕੇ ਔਰ ਇੱਕ ਖੇਤਰੀ ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ ਹੈ ਇੰਡੀਆ ਦਾ ਪਹਿਲਾ ਮਲਟੀ ਮਾਡਲ ਲੌਜਿਸਟਿਕ ਪਾਰਕ ਇਹ ਵੀ ਕਿੱਥੇ ਬਣਾਇਆ ਗਿਆ ਅਸਾਮ ਦੇ ਵਿੱਚ ਹੀ ਥੋੜੇ ਦਿਨ ਪਹਿਲਾਂ ਆਪਾਂ ਕੀਤਾ ਸੀ ਕਿ ਅਸਾਮ ਨੇ ਆਪਣਾ 6ਵਾਂ ਨੈਸ਼ਨਲ ਪਾਰਕ ਬਣਾਇਆ ਰਾਇਮੋਨਾ ਨੈਸ਼ਨਲ ਪਾਰਕ ਔਰ 7ਵਾਂ ਨੈਸ਼ਨਲ ਪਾਰਕ ਕੋਸ਼ਿਸ਼ ਕੀਤਾ ਗਿਆ ਦਹਿੰਗ ਪਤਕਾਈ ਨੈਸ਼ਨਲ ਪਾਰਕ ਨੂੰ ਸੈਕਿੰਡ ਕੁਐਸਚਨ ਨੇਮ ਦਾ ਫਰਸਟ ਨੇਵਲ ਐਕਸਰਸਾਈਜ਼ ਟੂ ਪਲੇਸ ਬੀਟਵੀਨ ਇੰਡੀਆ ਐਂਡ 3 EU ਨੇਸ਼ਨਸ ਪਹਿਲੀ ਏਦਾਂ ਦੀ ਐਕਸਰਸਾਈਜ਼ ਦੱਸੋ ਜਿਸ ਨੂੰ ਕਿ ਨੇਵਲ ਐਕਸਰਸਾਈਜ਼ ਮੰਨਿਆ ਜਾ ਰਿਹਾ ਹੈ ਔਰ ਇੰਡੀਆ ਔਰ ਯੂਰੋਪੀਅਨ ਯੂਨੀਅਨ ਦੇ ਤਿੰਨ ਦੇਸ਼ਾਂ ਦੇ ਵਿਚਕਾਰ ਹੋਈ ਸੀ ਤਾਂ ਇਹ ਰਹੇਗੀ EU NAVFOR ਐਕਸਰਸਾਈਜ਼ ਕਿਉਂਕਿ ਇਹ ਪਹਿਲੀ ਵਾਰੀ ਹੋਈ ਹੈ ਤਾਂ ਇਹ ਇੰਪੋਰਟੈਂਸ ਰੱਖਦੀ ਹੈ ਇਹ ਪੇਪਰ ਪੁਆਇੰਟ ਆਫ View ਦੇ ਨਾਲ ਐਂਡ ਇਹ ਫੁੱਲ ਫਾਰਮ ਹੋ ਜਾਏਗੀ EU ਮਤਲਬ ਯੂਰੋਪੀਅਨ ਯੂਨੀਅਨ ਨੇਵ ਮਤਲਬ ਨੇਵਲ ਐਂਡ 4 ਤੇ ਹੋ ਜਾਏਗਾ ਫੋਰਸ EU ਨੇਵਲ ਫੋਰਸ ਐਕਸਰਸਾਈਜ਼ ਨੂੰ ਪਹਿਲੀ ਵਾਰੀ ਕੰਡਕਟ ਕਿਤੇ ਕੀਤਾ ਗਿਆ ਤਾਂ ਇਹ ਕੀਤਾ ਗਿਆ ਜੀ ਗਲਫ ਆਫ ਐਡਨ ਦੇ ਵਿੱਚ ਔਰ ਕਿਹੜੀਆਂ ਤਿੰਨ ਕੰਟਰੀਜ਼ ਐ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਇਹ ਹੁੰਦੀਆਂ ਇਟਲੀ, ਸਪੇਨ ਐਂਡ ਫ੍ਰੈਂਸ ਪੇਪਰ ਦੇ ਵਿੱਚ ਇਹ ਪੁੱਛਿਆ ਜਾ ਸਕਦਾ ਹੈ ਕਿ ਕਿਹੜੀਆਂ ਤਿੰਨ ਕੰਟਰੀ ਸੀ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਤਾਂ ਤੁਸੀਂ ਇਹ ਜ਼ਰੂਰੀ ਯਾਦ ਰੱਖਣਾ ਐਂਡ ਇਹਦੇ ਵਿੱਚ ਇੰਡੀਆ ਦੇ ਇੱਕ ਨੈਵਰਸ਼ਿਪ ਐ ਜੋ ਜੋ ਕਿ ਇਹਨੂੰ ਮਤਲਬ ਪਾਰਟਿਸਿਪੇਟ ਕਰ ਰਿਹਾ ਇਹਦੇ ਵਿੱਚ ਤਾਂ ਉਹ ਹੋ ਜਾਏਗਾ ਆਈ ਐਨ ਐਸ ਤ੍ਰਿਕੰਗ 올 ਰਾਈਟ ਹੁਣ ਦੇਖੋ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਤੁਹਾਨੂੰ ਰਾਈਟ ਸਾਈਡ ਇੱਕ ਮੈਪ ਦਿਖ ਰਿਹਾ ਹੋਏਗਾ ਜਿਸ ਦੇ ਵਿੱਚ ਤੁਹਾਨੂੰ ਇੰਡੀਆ ਤੋਂ ਲੰਡਨ ਦਾ ਏਰੀਆ ਜੋ ਹੈ ਦਿਖਾਇਆ ਜਾ ਰਿਹਾ ਹੈ ਦੇਖੋ ਇਹਦੇ ਵਿੱਚ ਨਾ ਦੋ ਆਪਾਂ ਨੂੰ ਇਦਾਂ ਦੇ ਰੂਟ ਮਿਲਣਗੇ ਜਿਸ ਦੇ ਵਿੱਚ ਆਪਾਂ ਲੰਡਨ ਜਾਂ ਮੁੰਬਈ ਤੋਂ ਜਾ ਸਕਦੇ ਹਾਂ ਓਕੇ ਔਰ ਇਹਦੇ ਵਿੱਚ ਇਹ ਵਾਲਾ ਜੋ ਰੂਟ ਹੈ ਇਹ ਮਾਡਰਨ ਰੂਟ ਹੈ ਔਰ ਇਹ ਹੈ ਉਹ ਵਾਲਾ ਪੁਰਾਣਾ ਰੂਟ ਜਿਸ ਤੋਂ ਕਿ ਵਾਸਕੋ ਡਿਗਾਮਾ ਇੰਡੀਆ ਦੇ ਵਿੱਚ ਆਏ ਸੀ ਔਰ ਇਹਦੇ ਵਿੱਚ ਕਰੀਬ-ਕਰੀਬ 11000 ਨੌਟਿਕਲ ਮਾਈਲ ਆ ਜਾਂਦਾ ਹੈ ਔਰ ਇਦਾਂ ਜੋ ਏਰੀਆ ਹੈ ਇਹ ਕਰੀਬ-ਕਰੀਬ 8000 ਨੌਟਿਕਲ ਮਾਈਲ ਦੇ ਵਿੱਚ ਕਵਰ ਹੁੰਦਾ ਹੈ ਓਕੇ ਔਰ ਇਹੀ ਉਹ ਪਾਰਟਿਕੂਲਰ ਜਗ੍ਹਾ ਗਲਫ ਆਫ ਅਡਮ ਜਿੱਥੇ ਕਿ ਇਸ ਐਕਸਰਸਾਈਜ਼ ਨੂੰ ਕੰਡਕਟ ਕਰਵਾਇਆ ਗਿਆ ਔਰ ਇੱਥੇ ਤੁਹਾਨੂੰ ਇੱਕ ਦਿਖ ਰਹੀ ਹੋएगी ਸੂਏਜ਼ ਕਨਾਲ ਅੱਜ ਦੀ ਡੇਟ ਦੇ ਨੇ ਸੂਏਜ਼ ਕਨਾਲ ਜੋ ਹੈ ਇਹ ਟਰਾਂਸਪੋਰਟੇਸ਼ਨ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪਾਰਟ ਹੈ ਔਰ ਇਹ ਮੈਨ-ਮੇਡ ਕਨਾਲ ਹੈ ਰਾਈਟ ਔਰ ਅਗਰ ਤੁਸੀਂ ਇਹਦੀ ਇੰਪੋਰਟੈਂਸ ਦੇਖੋ ਤਾਂ ਹਾਲ ਹੀ ਦੇ ਵਿੱਚ ਜਾਪਾਨ ਦਾ ਇੱਕ ਸ਼ਿਪ ਹੈ ਜੋ ਕਿ ਇੱਥੇ ਟੇਡਾ ਹੋ ਗਿਆ ਸੀ ਇਸ ਲਈ ਸੂਏਜ਼ ਕਨਾਲ ਨੂੰ ਕੁਝ ਦਿਨ ਲਈ ਬੰਦ ਕਰਨਾ ਪਿਆ ਤਾਂ ਉਸ ਟਾਈਮ ਟ੍ਰੇਡ ਦੇ ਵਿੱਚ ਨਾ ਮਿਲੀਅਨ ਆਫ ਡਾਲਰਸ ਦਾ ਜੋ ਨੁਕਸਾਨ ਹੋਇਆ ਸੀ ਪੂਰੇ ਗਲੋਬਲੀ ਇਸ ਲਈ ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਓਕੇ ਇਹ ਮੈਂ ਤੁਹਾਨੂੰ ਕਿਉਂ ਦੱਸਿਆ ਤੁਹਾਨੂੰ ਨੈਕਸਟ ਟਾਈਮ ਪਤਾ ਚੱਲੇਗਾ ਦੇਖੋ ਇੱਥ ਇੱਥੇ ਤੁਹਾਨੂੰ ਪ੍ਰੋਪਰ ਗਲਫ ਆਫ ਐਡਨ ਦਿਖ ਰਹੀ ਹੋਏਗੀ ਰਾਈਟ ਇਹ ਹੈ ਗਲਫ ਆਫ ਐਡਨ ਔਰ ਇੱਥੇ ਅੱਗੇ ਜਾ ਕੇ ਸويس ਕਨਲ ਆ ਜਾਏਗੀ ਔਰ ਇੱਥੇ ਆ ਜਾਂਦਾ ਹੈ ਜ਼ੀਬੂਤੀ ਔਰ ਇਹ ਹੈ ਸੋਮਾਲੀਆ ਠੀਕ ਹੈ ਇਹ ਸਾਰੇ ਹੀ ਇੰਪੋਰਟੈਂਟ ਕਿਉਂ ਹਨ ਦੇਖੋ ਜਿਹੜਾ ਸੋਮਾਲੀਆ ਨਾ ਸੋਮਾਲੀਆ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਪਾਇਰੇਟਸ ਹੁੰਦੇ ਆ ਓਕੇ ਔਰ ਸੋਮਾਲੀਆ ਦੇ ਬਹੁਤ ਜ਼ਿਆਦਾ ਨਜ਼ਦੀਕ ਕਿਹੜੀ ਜਗ੍ਹਾ ਆ ਜਾਂਦੀ ਹੈ ਜ਼ੀਬੂਤੀ ਰਾਈਟ ਔਰ ਜ਼ੀਬੂਤੀ ਦਾ ਨਾ ਇੱਕ ਕੋਡ ਆਫ ਕੰਡਕਟ ਸਾਈਨ ਕੀਤਾ ਗਿਆ ਸੀ ਇਹ ਕੀਤਾ ਕਿਉਂ ਗਿਆ ਸੀ ਕਿਉਂਕਿ ਪਾਇਰੇਸੀ ਨੂੰ ਰੋਕਿਆ ਜਾ ਸਕੇ ਮੈਂ ਤੁਹਾਨੂੰ ਹਾਲ ਹੀ ਦੇ ਵਿੱਚ ਕੀ ਦੱਸਿਆ ਕਿ ਜੋ ਆਪਣੀ ਗਲਫ ਆਫ ਸੌਰੀ ਸੂਏਜ਼ ਕਨਾਲ ਜੋ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਰੱਖਦੀ ਹੈ ਕਾਦੇ ਲਈ ਤਾਂ ਕਿ ਇੱਥੇ ਦਾ ਟ੍ਰੇਡ ਕੀਤਾ ਜਾ ਸਕੇ ਹੈਨਾ ਔਰ ਕਾਫੀ ਸਾਰੇ ਕੰਟਰੀਜ਼ ਹਨ ਉਹ ਯੂਜ਼ ਕਰਦੀਆਂ ਹੁਣ ਦੇਖੋ ਇਹੀ ਵਾਲਾ ਏਰੀਆ ਜੋ ਹੈ ਨਾ ਐਸੇ ਰੂਟ ਨੂੰ ਹੀ ਯੂਜ਼ ਕੀਤਾ ਜਾਂਦਾ ਹੈ ਉਸ ਟ੍ਰਾਂਸਪੋਰਟੇਸ਼ਨ ਦੇ ਲਈ ਔਰ ਸੋਮਾਲੀਆ ਦੇ ਵਿੱਚ ਤਾਂ ਮੈਂ ਦੱਸਿਆ ਸੀ ਪਾਇਰੇਟਸ ਬਹੁਤ ਜ਼ਿਆਦਾ ਹੈ ਔਰ ਇੱਥੋਂ ਜਦੋਂ ਵੀ ਮਾਲ ਲੰਘਦਾ ਹੈ ਨਾ ਤਾਂ ਇਹ ਜੋ ਪਾਇਰੇਟਸ ਹੈਗੇ ਬਹੁਤ ਜ਼ਿਆਦਾ ਪਾਇਰੇਸੀ ਕਰਦੇ ਸੀ ਔਰ ਇਹਨਾਂ ਨੂੰ ਲੁੱਟ ਲੈਂਦੇ ਸੀ ਹੈਨਾ ਸ਼ਿਪਸ ਨੂੰ ਤਾਂ ਇਸੇ ਕਰਕੇ ਹੀ ਇਸ ਜ਼ੀਬੂਤੀ ਕੋਡ ਆਫ ਕੰਡਕਟ ਨੂੰ ਕਦੋਂ ਸਾਈਨ ਕੀਤਾ ਗਿਆ 29th ਆਫ ਜਨੂਅਰੀ 2009 ਦੇ ਵਿੱਚ ਜ਼ੀਬੂਤੀ ਇਦਾਂ ਦੀ ਜਗ੍ਹਾ ਹੈ ਜਿੱਥੇ ਕਿ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਕੰਟਰੀਜ਼ ਨੇ ਯਾਨੀ ਕਿ ਬਹੁਤ ਜ਼ਿਆਦਾ ਅਮੀਰ ਕੰਟਰੀਜ਼ ਨੇ ਆਪਣੇ ਬੇਸ ਬਣਾਏ ਹੋਏ ਆ ਔਰ ਉਹ ਹੀ ਇਹਨੂੰ ਜੋ ਰੈਂਟ ਦਿੰਦੀ ਆ ਉਹਦੇ ਤੇ ਜ਼ੀਬੂਤੀ ਦਾ ਗੁਜ਼ਾਰਾ ਚੱਲਦਾ ਔਰ ਇੰਨਾ ਕੰਟਰੀਜ਼ ਨਹੀਂ ਫਿਰ ਇਸ ਜੋ ਜ਼ੀਬੂਤੀ ਕੋਡ ਆਫ ਕੰਡਕਟ ਹੈ ਇਹਨੂੰ ਲਿਆਂਦਾ ਸੀ ਤਾਂਕਿ ਪਾਇਰੇਸੀ ਐਂਡ ਜੋ ਆਰਮਡ ਰੋਬਰੀ ਆ ਨਾ ਇਹਨੂੰ ਰੋਕਿਆ ਜਾ ਸਕੇ ਸ਼ਿਪਸ ਦੇ ਵਿੱਚ ਜੋ ਹੁੰਦੀ ਹੈ ਇੰਡੀਅਨ ਓਸ਼ੀਅਨ ਵੈਸਟਰਨ ਪਾਰਟ ਵਿੱਚ ਔਰ ਗ ਹਾਂਜੀ ਵਿਚ ਬੋਡੀ ਸਰਟੀਫਾਈਜ਼ ਦਾ ਮੂਵੀਜ਼ ਇਨ ਇੰਡੀਆ ਇੱਥੇ ਆਪਾਂ ਉਸ ਆਰਗੇਨਾਈਜੇਸ਼ਨ ਦਾ ਉਸ ਬੋਡੀ ਦਾ ਨਾਮ ਦੱਸਣਾ ਹੈ ਜੋ ਕਿ ਇੰਡੀਆ ਦੇ ਵਿੱਚ ਸਰਟੀਫਾਈ ਕਰਦੀ ਹੈ ਮੂਵੀਜ਼ ਨੂੰ ਇਸ ਦਾ ਆਨਸਰ ਹੋ ਜਾਏਗਾ CBFC ਇਸ ਦੀ ਫੁੱਲ ਫਾਰਮ ਕੀ ਰਹੇਗੀ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ న్యూਸ ਦੇ ਵਿੱਚ ਕਿਉਂ ਆਇਆ ਦੇਖੋ ਹੋਇਆ ਕੀ ਹੈ ਕਿ ਸੈਂਟਰ ਨੇ ਇੱਕ ਬਿੱਲ ਲੈ ਕੇ ਆਣ ਲੱਗੀ ਹੈ ਜਿਸ ਦੇ ਵਿੱਚ ਕੀ ਇਹ ਬੋਲਿਆ ਜਾ ਰਿਹਾ ਹੈ ਕਿ ਅਸੀਂ ਜੋ ਸੈਂਟਰ ਤੋਂ ਮੂਵੀਜ਼ ਨੂੰ ਅਸੀਂ ਰੀ ਐਗਜ਼ਾਮਿਨ ਕਰਿਆ ਕਰਾਂਗੇ ਠੀਕ ਹੈ ਦੇਖੋ ਇੰਡੀਆ ਵਿੱਚ ਕੀ ਹੁੰਦਾ ਹੈ ਜੋ ਮੂਵੀਜ਼ ਹੈ ਨਾ ਜਦੋਂ ਇਹ ਰਿਲੀਜ਼ ਹੁੰਦੀਆਂ ਹੈ ਤਾਂ ਇਹਨਾਂ ਨੂੰ ਕਿੱਥੇ ਭੇਜਿਆ ਜਾਂਦਾ ਹੈ ਸੀਬੀਐਫਸੀ ਕੋਲ ਤਾਂ ਕਿ ਉਹ ਇਹਨਾਂ ਨੂੰ ਸਰਟੀਫਿਕੇਟ ਦੇਣ ਔਰ ਸੀਬੀਐਫਸੀ ਜੋ ਹੈ ਚਾਰ ਤਰ੍ਹਾਂ ਦੇ ਸਰਟੀਫਿਕੇਟ ਦਿੰਦੀ ਹੈ ਪਹਿਲਾ ਹੈ ਯੂ ਯਾਨੀ ਕਿ ਇਹ ਸਾਰੇ ਹੀ ਏਜ ਗਰੁੱਪ ਜੋ ਹੈ ਇਹਨੂੰ ਦੇਖ ਸਕਦੇ ਆ ਦੂਸਰਾ ਹੈ ਯੂ ਏ ਯਾਨੀ ਕਿ ਇਹਦੇ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚੇ ਪੇਰੈਂਟਲ ਗਾਈਡੈਂਸ ਦੇ ਨਾਲ ਦੇਖ ਸਕਦੇ ਨੇ ਫਿਰ ਆ ਜਾਂਦਾ ਏ ਜੋ ਕਿ ਐਡਲਟ ਲਈ ਹੁੰਦਾ ਹੈ ਯਾਨੀ ਕਿ 18 ਸਾਲ ਤੋਂ ਉੱਪਰ ਵਾਲੇ ਹੀ ਇਹਨੂੰ ਦੇਖ ਸਕਦੇ ਆ ਇਕ ਆ ਜਾਂਦਾ ਐਸ ਐਸ ਜੋ ਕਿ ਸਪੈਸ਼ਲਾਈਜ਼ਡ ਗਰੁੱਪਸ ਲਈ ਹੁੰਦਾ ਹੈ ਉਹਨਾਂ ਦੇ ਲਈ ਰੈਸਟ੍ਰਿਕਟਡ ਮੂਵੀਜ਼ ਹੁੰਦੀਆਂ ਜਿਵੇਂ ਕਿ ਮੰਨ ਲਓ ਇੰਜੀਨੀਅਰ ਹੋ ਗਏ ਡਾਕਟਰ ਹੋ ਗਏ ਸਾਇੰਟਿਸਟ ਹੋ ਗਏ ਇਹਨਾਂ ਦੇ ਲਈ ਮੂਵੀਜ਼ ਨੂੰ ਬਣਾਇਆ ਜਾਂਦਾ ਓਕੇ ਹੁਣ ਦੇਖੋ ਹੋਇਆ ਕਿ ਸੀ 2020 ਦੀ ਗੱਲ ਹੈ ਨਵੰਬਰ ਦੇ ਵਿੱਚ ਕਰਨਾਟਕਾ ਦੇ ਵਿੱਚ ਨਾ ਇੱਕ ਮੂਵੀ ਆਈ ਜਿਸ ਨੂੰ ਕਿ ਰਿਲੀਜ਼ ਕਰਨ ਤੋਂ ਰੋਕ ਦਿੱਤਾ ਗਿਆ ਠੀਕ ਹੈ ਤੇ ਮੂਵੀਜ਼ ਦੇ ਮੇਕਰ ਜਿਹੜੇ ਸੀ ਉਹ ਕਿੱਥੇ ਚਲੇ ਗਏ ਸੁਪਰੀਮ ਕੋਰਟ ਚਲੇ ਗਏ ਤੇ ਸੁਪਰੀਮ ਕੋਰਟ ਨੇ ਕੀ ਬੋਲੇਆ ਜਦੋਂ ਸੀਬੀਐਫਸੀ ਨੇ ਇਹਨੂੰ ਇੱਕ ਵਾਰੀ ਅਨਾਉਂਸ ਕਰ ਦਿੱਤਾ ਕਿ ਅਸੀਂ ਸਰਟੀਫਾਈ ਕਰਦੇ ਹਾਂ ਤੁਸੀਂ ਇਹਨੂੰ ਰਿਲੀਜ਼ ਅੰਦਰ ਵਿੱਚ ਬਿਲਕੁਲ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਠੀਕ ਹੈ ਇਹ ਤੁਹਾਡਾ ਮੈਟਰ ਨਹੀਂ ਹੈ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਫਿਰ ਕੀ ਲੱਗਿਆ ਵੀ ਮੂਵੀਜ਼ ਦੇ ਵਿੱਚ ਤਾਂ ਸਾਡੀ ਕੋਈ ਪਾਵਰ ਹੀ ਨਹੀਂ ਰਹੀ ਤਾਂ ਇਹਨਾਂ ਨੇ ਬੋਲਿਆ ਅਸੀਂ ਹੁਣ ਕੀ ਲੈ ਕੇ ਆ ਰਹੇ ਹਾਂ ਇੱਕ ਸਿਨੇਮੈਟੋਗ੍ਰਾਫ ਅਮੈਂਡਮੈਂਟ ਬਿਲ ਠੀਕ ਹੈ ਜਿਸ ਦੇ ਵਿੱਚ ਕੀ ਅਸੀਂ ਕੀ ਕਰਾਂਗੇ ਮੰਨ ਲਓ ਕੋਈ ਵੀ ਐਦਾਂ ਦੀ ਮੂਵੀ ਆਂਦੀ ਹੈ ਜਿਸ ਨੂੰ ਕੀ ਇਹਨਾਂ ਨੇ ਮਤਲਬ CBFC ਨੇ ਵੀ ਸਰਟੀਫਾਈ ਕਰ ਦਿੱਤਾ ਹੋਇਆ ਹੈ ਕਲੀਅਰੈਂਸ ਦਿੱਤੀ ਹੈ ਔਰ ਇਹਨੂੰ ਰਿਲੀਜ਼ ਕਰਨ ਲਈ ਬੋਲ ਦਿੱਤਾ ਪਰ ਕਿਰਦੀਆ ਵਗਰ ਗਵਰਨਮੈਂਟ ਆਫ ਇੰਡੀਆ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਕੰਟ੍ਰੋਵਰਸੀ ਹੈ ਇਹਦੇ ਵਿੱਚ ਕੋਈ ਕੱਟ ਕਰਨਾ ਹੈ ਤਾਂ ਅਸੀਂ ਇਹਦੇ ਵਿੱਚ ਮੂਵੀਜ਼ ਨੂੰ ਕੱਟ ਵੀ ਕਰ ਸਕਦੇ ਹਾਂ ਔਰ ਕੱਟ ਕਾਪੀ ਪੇਸਟ ਵਾਲਾ ਕੰਮ ਅਸੀਂ ਕਰਕੇ ਇਸੇ ਹੀ ਐਕਟ ਦੇ ਅੰਦਰ ਕਰ ਪਾਵਾਂਗੇ ਓਕੇ ਅਗਰ ਆਪਾਂ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੀ ਜੋ ਫਾਰਮੇਸ਼ਨ ਹੋਈ ਹੈ ਉਹ ਇਸੇ 15th ਆਫ ਜਨੂਅਰੀ 1951 ਦੇ ਵਿੱਚ ਐਂਡ ਦਾ ਕੰਮ ਹੁੰਦਾ ਹੈ ਕਿ ਫਿਲਮਾਂ ਨੂੰ ਸਰਟੀਫਾਈ ਕਰਨਾ ਹੈਡਕੁਆਟਰ ਹੋ ਜਾਏਗਾ ਮੁੰਬਈ ਮਹਾਰਾਸ਼ਟਰ ਦੇ ਵਿੱਚ ਅਤੇ ਹੈੱਡ ਕੋਰ ਹੋ ਜਾਣਗੇ ਪ੍ਰਸੂਨ ਜੋਸ਼ੀ ਜੀ ਔਰ ਕਿਹੜੇ ਮਿਨਿਸਟਰੀ ਦੇ ਅੰਦਰ ਇਹ ਕੰਮ ਕਰਦੀ ਹੈ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਕੁਐਸਚਨ ਨੰਬਰ 4 ਰੀਸੈਂਟਲੀ ਵਿਚ ਲੈਜੈਂਡਰੀ ਸਪ੍ਰਿੰਟਰ ਆਫ ਇੰਡੀਆ ਪਾਸਡ अवे ਹਾਲ ਹੀ ਦੇ ਵਿੱਚ ਇੱਕ ਮਹਾਨ ਸਪ੍ਰਿੰਟਰ ਨੇ ਇੰਡੀਆ ਦੇ ਜਿਨ੍ਹਾਂ ਦੀ ਡੈਥ ਹੋ ਗਈ ਉਹਨਾਂ ਦਾ ਕੀ ਨਾਮ ਹੈ ਤੇ ਆਪਾਂ ਨੂੰ ਅੱਜ ਹੀ ਮਾਰਨਿੰਗ ਦੇ ਵਿੱਚ ਬਹੁਤ ਬੁਰੀ ਨਿਊਜ਼ ਮਿਲੀ ਮਿਲਖਾ ਸਿੰਘ ਜੀ ਦੀ ਡੈਥ ਹੋ ਗਈ ਸੀ ਹੈਨਾ ਕੋਰੋਨਾ ਦੇ ਕਰਕੇ ਇਹਨਾਂ ਨੂੰ ਫਲਾਈਂਗ ਸਿਕ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਇਹਨਾਂ ਨੂੰ 1 ਮਹੀਨਾ ਪਹਿਲਾਂ ਨਾ ਕੋਰੋਨਾ ਹੋਇਆ ਸੀ ਪਰ ਇਹਨਾਂ ਦੀ ਹੁਣ ਜੋ ਰਿਪੋਰਟ ਹੈ ਉਹ ਨੈਗੇਟਿਵ ਆ ਗਈ ਸੀ ਪਰ ਇਹਨਾਂ ਦੀ ਏਜ ਸੀ 91 ইয়ার্স ਤੇ ਇਸੇ ਲਈ ਪੂਰੀ ਤਰ੍ਹਾਂ ਰਿਕਵਰ ਨਹੀਂ ਕਰ ਪਾਏ ਤੇ ਕੱਲ ਰਾਤ 11:30 ਵਜੇ ਅਕਾਲ ਚਲਾਣਾ ਕਰ ਗਏ ਓਕੇ ਅਗਰ ਆਪਾਂ ਬਾਕੀ ਤਿੰਨ ਆਪਸ਼ਨਸ ਦੀ ਗੱਲ ਕਰਦੇ ਹਾਂ ਤਾਂ ਬਲਬੀਰ ਸਿੰਘ ਸੀਨੀਅਰ ਜੀ ਜੋ ਕਿ ਹੋਕੀ ਦੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪਲੇਅਰ ਰਹੀ ਹੈ ਜਿਨ੍ਹਾਂ ਨੇ ਕਿ ਤਿੰਨ 올림픽 ਦੇ ਵਿੱਚ ਜਿੱਤਿਆ ਹੈ ਇੰਡੀਆ ਦੀ ਟੀਮ ਦੇ ਨਾਲ ਹੈਨਾ ਇਹਨਾਂ ਦੀ ਡੈਥ ਹੋਈ ਅਗਰ ਆਪਾਂ ਦੇਖਦੇ ਹਾਂ ਚੁੰਨੀ ਗੋਸਵਾਮੀ ਜੀ ਤਾ ਇਹ ਦੋ ਗੇਮ ਦੇ ਵਿੱਚ ਰਿਹਾ ਹੈ ਫੁੱਟਬਾਲ ਪਲੱਸ ਕ੍ਰਿਕਟ ਔਰ ਇਹਨਾਂ ਦੋਨਾਂ ਦੇ ਵਿੱਚ ਇਹਨਾਂ ਨੇ ਬਹੁਤ ਹੀ ਜ਼ਿਆਦਾ ਅੱਛਾ ਜੋ ਹੈ ਪਾਰਟਿਸਪੇਟ ਕੀਤਾ ਹੈ ਆਲਵੇਜ਼ ਐਂਡ ਇਹਨਾਂ ਦੀ ਵੀ ਡੈਥ ਹੋ ਗਈ। ਦੈਨ ਜੋ ਚੇਤਨ ਚੋਹਾਨ ਜੀ ਹੈ ਇਸ ਕਿਹੜੀ ਫੀਲਡ ਤੋਂ ਬਿਲੋਂਗ ਕਰਦੇ ਸੀ ਕ੍ਰਿਕਟ ਤੋਂ ਔਰ ਇਹਨਾਂ ਨੂੰ ਮਿਲਿਆ ਸੀ ਅਰਜੁਨਾ ਅਵਾਰਡ ਇਹਨਾਂ ਦੀ ਵੀ ਹਾਲ ਹੀ ਦੇ ਵਿੱਚ ਡੈਥ ਹੋ ਗਈ ਹੈ। ਔਰ ਅਰਜੁਨਾ ਅਵਾਰਡ ਜੋ ਹੈ ਚੁੰਨੀ ਗੋਸਵਾਮੀ ਜੀ ਨੂੰ ਵੀ ਮਿਲ ਚੁੱਕਿਆ ਹੈ। ਓਕੇ ਔਰ ਇਹਨਾਂ ਨੇ ਵੀ ਨਾ 1960 ਦੀਆਂ ਜੋ 올ਿਪਿਕਸ ਹੋਈਆਂ ਸੀ ਰੋਮ ਦੇ ਵਿੱਚ ਉਹਨਾਂ ਦੇ ਵਿੱਚ ਇਹ ਕੈਪਟਨ ਰਹੇ ਸੀਗੇ ਆਪਣੇ ਫੁੱਟਬਾਲ ਟੀਮ ਦੇ 올 ਰਾਈਟ ਯੈਸ ਅਗਰ ਆਪਾਂ ਮਿਲਖਾ ਸਿੰਘ ਜੀ ਦੀ ਗੱਲ ਕਰੀਏ ਤਾਂ ਐਦਾਂ ਦੇ ਓਨਲੀ ਐਥਲੀਟ ਹੈ ਜਿਨ੍ਹਾਂ ਨੇ 400 ਮੀਟਰ ਦੀ ਰੇਸ ਦੇ ਵਿੱਚ ਨਾ ਏਸ਼ੀਅਨ ਗੇਮਸ ਦੇ ਵਿੱਚ ਵੀ 골ਡ ਜਿੱਤਿਆ ਹੋਇਆ ਐਂਡ ਕਾਮਨਵੇਲਥ ਦੇ ਵਿੱਚ ਵੀ 골ਡ ਜਿੱਤਿਆ ਹੋਇਆ ਓਕੇ ਔਰ ਇਹਨਾਂ ਨੇ 골ਡ ਮੈਡਲ ਹੋਰ ਕਿੱਥੇ ਕਿੱਥੇ ਲਈ 1958 ਐਂਡ 1962 ਦੀਆਂ ਏਸ਼ੀਅਨ ਗੇਮਸ ਦੇ ਵਿੱਚ ਵੀ 골ਡ ਮੈਡਲ ਜਿੱਤਿਆ ਇਹਨਾਂ ਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ 1956 ਦੀਆਂ ਸਮਰ 올림픽 ਦੇ ਵਿੱਚ ਜੋ ਮੈਲਬੌਰਨ ਦੇ ਵਿੱਚ ਹੋਈਆਂ 1960 ਦੀਆਂ ਸਮਰ ओलंपिक ਜੋ ਕਿ ਰੋਮ ਦੇ ਵਿੱਚ ਹੋਈਆਂ ਐਂਡ 1964 ਦੀਆਂ ਸਮਰ ओलंपिक ਜੋ ਕਿ ਟੋਕੀਓ ਦੇ ਵਿੱਚ ਕਰਵਾਈਆਂ ਗਈਆਂ ਸੀ ਔਰ ਇਹਨਾਂ ਨੂੰ ਇੰਡੀਆ ਦਾ 4th ਹਾਈਐਸਟ ਸਿਵਿਲিয়ান ਅਵਾਰਡ ਜਿਸ ਦਾ ਨਾਮ ਹੈ ਪਦਮਸ਼ਰੀ ਐਂਡ ਦੇ ਨਾਲ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਅਗਰ ਆਪਾਂ ਗੱਲ ਕਰਦੇ ਹਾਂ ਇਹਨਾਂ ਦਾ ਨਿਕਨੇਮ ਹੈ ਫਲਾਈਂਗ ਸਿਕ ਨੈਸ਼ਨੈਲਿਟੀ ਦਾ ਇੰਡੀਅਨ ਹੀ ਰਹੇਗੀ ਐਂਡ ਜੋ ਬੋਰਨ ਹੋਏ 8th ਨਵੰਬਰ 1929 ਨੂੰ ਇਹਨਾਂ ਦੀ ਡੈਥ ਹੋਈ ਹੈ 18th ਆਫ ਜੂਨ 2021 ਨੂੰ ਔਰ ਇਹਨਾਂ ਨੇ ਨਾ ਇੰਡੀਅਨ ਆਰਮੀ ਦੇ ਵਿੱਚ ਵੀ ਆਪਦੀਆਂ ਸੇਵਾਵਾਂ ਦਿੱਤੀਆਂ ਹੋਈਆਂ ਆਲ ਰਾਈਟ ਇਹਨਾਂ ਦੇ ਸਪਾਊਸ ਰਹਿੰਗੇ ਨਿਰਮਲ ਕੌਰ ਜੀ ਇੱਥੇ ਇੱਕ ਇੰਪੋਰਟੈਂਟ ਹੈ ਕਿ ਇਹਨਾਂ ਦੀ ਆਟੋ ਬਾਇਓਗ੍ਰਾਫੀ ਹੈ ਇਸ ਦਾ ਨਾਮ ਤੁਸੀਂ ਜ਼ਰੂਰ ਯਾਦ ਰੱਖੋਗੇ ਇਹ ਕਿਹੜੀ ਹੋ ਜਾਏਗੀ ਇਹ ਹੈ ਦ ਰੇਸ ਆਫ ਮਾਈ ਲਾਈਫ ਠੀਕ ਹੈ ਇਹ ਇੰਪੋਰਟੈਂਟ ਰਹੇਗੀ ਇਹਨੂੰ ਜ਼ਰੂਰ ਯਾਦ ਰੱਖਣਾ 5th ਕੁਐਸਚਨ ਨੇਮ ਦਾ ਫਰਸਟ ਇੰਡੀਅਨ origin ਪਰਸਨ ਹੂ ਹੈਜ਼ ਬੀਨ ਨੋਮੀਨੇਟਿਡ ਐਜ਼ ਚੀਫ ਜਸਟਿਸ ਇਨ ਕੈਨੇਡਾਜ਼ ਟਾਪ ਕੋਰਟ ਆਪਾਂ ਤੇ ਦੱਸਣਾ ਹੈ ਪਹਿਲੇ ਏਦਾਂ ਦੇ ਭਾਰਤੀ origin ਦੇ ਪਰਸਨ ਜਿਨ੍ਹਾਂ ਨੂੰ ਕਿ ਕੈਨੇਡਾ ਦੀ ਟੋਪ ਕੋਰਟ ਦੇ ਵਿੱਚ ਨਾ ਐਸ ਅ ਚੀਫ ਜਸਟਿਸ ਨਾਮਿਨੇਟ ਕੀਤਾ ਗਿਆ ਹੈ ਯਾਨੀ ਕਿ ਜਲਦੀ ਹੀ ਆਪਣੀ ਜਗ੍ਹਾ ਤੇ ਜੁਆਇਨ ਹੋ ਜਾਣਗੇ ਤਾਂ ਇਹਦਾ ਨਾਮ ਕੀ ਰਹੇਗਾ ਮਹਮੂਦ ਜਮਾਲ ਦੇਖੋ ਇੰਡੀਆ ਦੇ ਹੈਗੇ ਆ ਪਰ ਅਗਰ ਆਪਾਂ ਪਹਿਲਾਂ ਬਾਕੀ ਤਿੰਨ ਆਪਸ਼ਨ ਦੀ ਗੱਲ ਕਰੀਏ ਤਾਂ ਇਹ ਵੀ ਇੰਡੀਅਨ origin ਨਹੀਂ ਨੇ ਔਰ ਜੋ ਕਿ ਬਹੁਤ ਜ਼ਿਆਦਾ ਵੱਡੀਆਂ ਪੋਸਟਾਂ ਦੇ ਉੱਪਰ ਬਾਹਲੇ ਕੰਟਰੀਜ਼ ਦੇ ਵਿੱਚ ਕੰਮ ਕਰ ਰਿਹਾ ਹੈ ਕਮਲਾ ਹੈਰੀਜ਼ ਜੀ ਕੌਣ ਹੋ ਜਾਣਗੇ ਇਹ ਹੈਗੇ ਆ ਵਾਈਸ ਪ੍ਰੈਜ਼ੀਡੈਂਟ ਯੂ ਐਸ ਏ ਦੇ ਔਰ ਯੂਐਸਏ ਦੇ ਪਹਿਲੇ ਔਰਤ ਪ੍ਰੈਸੀਡੈਂਟ ਬਨਣ ਵਾਲੇ ਵੀ ਵਾਈਸ ਪ੍ਰੈਸੀਡੈਂਟ ਬਨਣ ਵਾਲੇ ਵੀ ਇਹੀ ਹੋ ਜਾਣਗੇ ਕਮਲਾ ਜੀ ਅਗਰ ਗੱਲ ਕਰੀਏ ਪ੍ਰੰਕਾ ਰਾਧਾ ਕ੍ਰਿਸ਼ਨਨ ਜੀ ਤਾਂ ਇਹ ਪਹਿਲੇ ਐਸਾ ਨੇ ਇੰਡੀਅਨ ਹੈ ਜਿਨ੍ਹਾਂ ਨੂੰ ਕੀ ਨਿਊਜ਼ੀਲੈਂਡ ਦੀ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਰੁਸ਼ੀ ਸਨੰਗ ਜੀ ਜੋ ਹੈਗੇ ਨੇ ਇਹ ਵੀ ਇੰਡੀਅਨ ਹੀ ਨੇ ਔਰ ਇਹ ਯੂਕੇ ਦੇ ਵਿੱਚ ਫਾਈਨੈਂਸ ਮਿਨਿਸਟਰ ਨੇ ਓਕੇ ਤਾਂ ਜੋ ਮਹਿਮੂਦ ਜਮਾਲ ਜੀ ਹੈ ਇਹਨਾਂ ਦੀ ਜੋ ਅਨਾਉਂਸਮੈਂਟ ਕੀਤੀ ਹੈ ਇਹ ਇਹਨਾਂ ਦੇ ਜੋ ਮਤਲਬ ਕੈਨੇਡਾ ਦੇ ਪੀਐਮ ਹੈ ਉਹਨਾਂ ਨੇ ਕੀਤੀ ਹੈ ਜਸਟਿਨ ਟਰੂਡਾਓ ਜੀ ਨੇ ਰਾਈਟ ਇਹਨਾਂ ਨੇ ਨੋਮੀਨੇਟ ਕੀਤਾ ਹੈ ਔਰ ਅਗਰ ਕੈਨੇਡਾ ਦੀ ਗੱਲ ਕਰੀਏ ਤਾਂ ਦੀ ਕੈਪੀਟਲ ਕਿਹੜੀ ਹੋ ਜਾਏਗੀ ਓਟਾਵਾ ਪ੍ਰਾਈਮ ਮਿਨਿਸਟਰ ਕੋਨਣਗੇ ਜਸਟਿਨ ਟਰਿਡਾਓ ਜੀ ਐਂਡ ਕਰੰਸੀ ਹੋ ਜਾਏਗੀ ਕੈਨੇਡੀਅਨ ਡਾਲਰ ਅਗਰ ਆਪਾਂ ਫੈਕਟਸ ਦੇਖਦੇ ਆ ਤਾਂ ਜੋ ਕੈਨੇਡਾ ਨਾ ਇੱਥੇ ਤੁਹਾਨੂੰ ਦਿਖ ਰਿਹਾ ਹੋਏਗਾ ਇਹ ਕੈਨੇਡਾ ਇੱਥੇ ਹੈਗਾ ਨਾਰਥ ਅਮਰੀਕਾ ਜੋ ਹੈ ਕੰਟੀਨੈਂਟ ਦੇ ਵਿੱਚ ਰਾਈਟ ਔਰ ਇਹ ਅਗਰ ਆਪਾਂ ਏਰੀਆ ਵਾਈਜ਼ ਗੱਲ ਕਰੀਏ ਤਾਂ ਸੈਕਿੰਡ ਲਾਰਜੈਸਟ ਕੰਟਰੀ ਹੈ ਪੂਰੇ ਵਰਲਡ ਦੇ ਵਿੱਚ ਰਸ਼ੀਆ ਤੋਂ ਬਾਅਦ ਔਰ ਵਰਲਡ ਦੀ ਲਾਰਜੈਸਟ ਕੋਸਟਲਾਈਨ ਇਹ ਕਿੱਥੇ ਹੈਗੀ ਹੈ ਇਹ ਵੀ ਹੈਗੀ ਹੈ ਕ ਔਰ ਦੇਖੋ ਇੱਥੇ ਤੁਹਾਨੂੰ ਦਿਖ ਰਿਹਾ ਹੋਵੇਗਾ ਇਹ ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਨਾਲ ਆਪਣਾ ਕਾਫੀ ਜ਼ਿਆਦਾ ਲੰਬੀ ਬਾਰਡਰ ਸ਼ੇਅਰ ਕਰਦਾ ਹੈ ਯਾਨੀ ਕਿ ਲਾਰਜੈਸਟ ਬਾਰਡਰ ਅਗਰ ਕਿਸੇ ਕੰਟਰੀ ਦਾ ਸ਼ੇਅਰ ਹੁੰਦਾ ਹੈ ਯੂਨਾਈਟਿਡ ਸਟੇਟਸ ਦੇ ਨਾਲ ਤਾਂ ਉਹ ਕਿਹੜੀ ਹੋ ਜਾਏਗੀ ਇਹ ਹੈ ਕੈਨੇਡਾ ਓਕੇ ਔਰ ਇਹਦੇ ਉੱਪਰ ਵਾਲੀ ਸਾਈਡ ਇੱਕ ਸਾਈਡ ਤੁਹਾਨੂੰ ਦਿਖ ਰਿਹਾ ਹੋਵੇਗਾ ਆਰਕਟਿਕ ਓਸ਼ਨ ਹੈ ਔਰ ਇੱਕ ਸਾਈਡ ਹੰਦੇ ਮਿਲੇਗਾ ਐਟਲੈਂਟਿਕ ਓਸ਼ਨ ਓਕੇ ਯਾਨੀ ਕਿ ਕਾਫੀ ਜ਼ਿਆਦਾ ਪਾਣੀ ਦੇ ਨਾਲ ਘਿਰੀ ਹੋਈ ਜਗ੍ਹਾ ਹੈ ਕੈਨੇਡਾ 올 ਰਾਈਟ नेम द इंडियन अमेरिकन हु वन यूरोपियन इन्वेंटर अवार्ड 2021 इंडियन अमेरिकन पर्सन ਦਾ ਨਾਮ ਦੱਸੋ ਜਿਸ ਨੂੰ ਹਾਲ ਹੀ ਦੇ ਵਿੱਚ 2021 ਦਾ ਯੂਰੋਪੀਅਨ ਇਨਵੈਂਟਰ ਅਵਾਰਡ ਮਿਲਿਆ ਹੈ ਤਾਂ ਇਹ ਕੌਣ ਹੋ ਜਾਣਗੇ ਸੁਮਿਤਾ ਮਿਤਰਾ ਜੀ ਇਹਨਾਂ ਨੂੰ ਇਹ ਅਵਾਰਡ ਕਿਸ ਲਈ ਮਿਲਿਆ ਹੈ ਇਹਨਾਂ ਨੂੰ ਮਿਲਿਆ ਜੀ ਕਿਹੜੀ ਕੈਟਾਗਰੀ ਹੈ ਪਹਿਲਾਂ ਦੇਖਦੇ ਹਾਂ ਨੋਨ ਈਪੀਓ ਕੰਟਰੀਜ਼ ਇਸ ਕੈਟਾਗਰੀਜ਼ ਦੇ ਅੰਡਰ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਔਰ ਇਹਨਾਂ ਨੇ ਨਾ ਨੈਨੋ ਟੈਕਨੋਲੋਜੀ ਦਾ ਯੂਜ਼ ਕੀਤਾ ਓਕੇ ਔਰ ਇਹਦਾ ਯੂਜ਼ ਕਰਕੇ ਇਹਨਾਂ ਨੇ ਦੰਦਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਨੇ ਕੰਮ ਕੀਤਾ ਇਸੇ ਲਈ ਇਹਨਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਔਰ ਇਹ ਮਿਤਰਾ ਜੋ ਹੈ ਨਾ ਪਹਿਲੇ ਐਧਾ ਦੇ ਪਰਸਨ ਸੀ ਜਿਨ੍ਹਾਂ ਨੇ ਕਿ ਸਕਸੈਸਫੁਲੀ ਨੈਨੋ ਟੈਕਨੋਲੋਜੀ ਬਣਾਈ ਔਰ ਐਦੇ ਨਾਲ ਇਹਨਾਂ ਨੇ ਕੀ ਕੀਤਾ ਕਿ ਜਦੋਂ ਫਿਲਿੰਗ ਕਰਵਾਈ ਜਾਂਦੀ ਹੈ ਨਾ ਦੰਦਾਂ ਦੀ ਤਾਂ ਉਹਦੇ ਵਿੱਚ ਜੋ ਵੀ ਮਟੀਰੀਅਲ ਯੂਜ਼ ਹੁੰਦਾ ਹੈ ਇਹਨੂੰ ਇੰਨਾ ਜ਼ਿਆਦਾ ਸਟਰੋਂਗ ਬਣਾਇਆ ਗਿਆ ਕਿ ਦੰਦਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦਾ ਓਕੇ ਔਰ ਅੱਜ ਦੇ ਡੇਟ ਦੇ ਵਿੱਚ ਇਹਨਾਂ ਦੀ ਜੋ ਟੈਕਨੋਲੋਜੀ ਹੈ ਇਹ ਪੂਰੇ ਵਰਲਡ ਵਾਈਡ ਪੂਰੀ ਦੁਨੀਆ ਦੇ ਡਾਕਟਰ ਦੇ ਵੱਲੋਂ ਯੂਜ਼ ਕੀਤੀ ਜਾਂਦੀ ਹੈ ਓਕੇ ਹਾਂਜੀ ਅਗਰ ਆਪਾਂ ਕਰੰਟ ਦੀ ਗੱਲ ਕਰਦੇ ਹਾਂ ਤਾਂ ਯੂ ਐਨ ਸੀ ਸੀ ਡੀ ਜੋ ਲੈਂਡ ਲਾਈਫ ਅਵਾਰਡ ਹੈ ਇਹ ਕਿਨੂੰ ਮਿਲਿਆ ਸੀ ਇਹ ਮਿਲਿਆ ਫੈਮਿਲੀਅਰ ਫੋਰੈਸਟਰੀ ਨੂੰ ਜੋ ਕਿ ਰਾਜਸਥਾਨ ਦੀ ਹੈ ਓਕੇ ਅਗਰ ਆਪਾਂ ਗੱਲ ਕਰਦੇ ਹਾਂ ਯੂ ਕੇ ਏਸ਼ੀਅਨ ਫਿਲਮ ਫੇਅਰ ਅਵਾਰਡ ਦੀ ਤਾਂ ਇਹ ਆਪਾਂ ਥੋੜੇ ਦਿਨ ਪਹਿਲਾਂ ਕੀਤਾ ਵੀ ਸੀ ਇਹਦੇ ਵਿੱਚ ਬੈਸਟ ਐਕਟਰੈਸ ਦਾ ਅਵਾਰਡ ਮਿਲਿਆ ਤਿਲੋ ਤਾਮਾ ਸ਼ੋਮ ਜੀ ਨੂੰ ਕਿਹੜੀ ਫਿਲਮ ਦੇ ਲਈ ਰਾਹਗੀਰ ਦੇ ਲਈ ਔਰ ਏਸ਼ੀਅਨ ਪੈਸੀਫਿਕ ਪ੍ਰੋਡਕਟਿਵਿਟੀ ਚੈਂਪੀਅਨ ਅਵਾਰਡ ਇਹ ਕਿਨਾਂ ਨੂੰ ਮਿਲਿਆ ਆਰ ਐਸ ਸੋਡੀਜੀ ਨੂੰ ਓਕੇ ਅਗਰ ਗੱਲ ਕਰਦੇ ਹਾਂ ٹیਟੀਐਲ ਫੋਟੋਗ੍ਰਾਫਰ ਆਫ ਦਾ ਈਅਰ ਇਹ ਵੀ ਆਪਾਂ ਕੀਤਾ ਸੀ ਇਹ ਮਿਲਿਆ ਸੀ ਥੋਮਸ ਵਿਜਨ ਜੀ ਨੂੰ ਐਂਡ ਬੁਕਰ ਪ੍ਰਾਈਜ਼ 2021 ਦਾ ਮਿਲਿਆ ਡੇਵਿਡ ਡਾਇਓਬ ਜੀ ਨੂੰ ਆਪਣੀ ਬੁੱਕ ਐਟ ਨਾਈਟ 올 ਬਲੱਡ ਇਜ਼ ਬਲੈਕਲਿਨ ਰਾਈਟ ਔਰ ＷＨＯ ਡਾਇਰੈਕਟਰ ਜਨਰਲ ਸਪੈਸ਼ਲ ਰੈਕਗਨੀਸ਼ਨ ਅਵਾਰਡ ਇਹ ਮਿਲਿਆ ਆਪਣੇ ਜੋ ਹੈਲਥ ਮਿਨਿਸਟਰ ਹਰਸ਼ਵਰਧਨ ਜੀ ਨੂੰ ਕਿਉਂਕਿ ਇਹਨਾਂ ਨੇ ਐਫਰਟਸ ਕੀਤੇ ਸੀ ਤੰਬਾਕੂ ਨੂੰ ਕੰਟਰੋਲ ਕਰਨ ਦੇ ਲਈ ਵਰਲਡਵਾਈਡ 올 ਰਾਈਟ ਸੈਂਟਰ ਸੈਟਸ ਦਾ ਟਾਰਗੇਟ ਟੂ ਰਿਡਿਊਸ 50% ਰੋਡ ਐਕਸੀਡੈਂਟਸ ਬਾਏ ਵਿਚ ਇਅਰ ਇੱਥੇ ਆਪਾਂ ਦੱਸਣਾ ਹੈ ਕਿ ਜੋ ਸੈਂਟਰ ਗਵਰਨਮੈਂਟ ਹੈ ਐਨੇ ਇੱਕ ਟਾਰਗੇਟ ਲਿਆ ਹੈ ਕਿ 50% ਤੱਕ ਅਸੀਂ ਰੋਡ ਐਕਸੀਡੈਂਟਸ ਨੂੰ ਘੱਟ ਕਰ ਦਾਂਗੇ ਤਾਂ ਇਹ ਕਿਹੜੇ ਸਾਲ ਦਾ ਟਾਰਗੇਟ ਲਿਆ ਗਿਆ ਤਾਂ ਇਹ ਹੋ ਜਾਏਗਾ 2024 ਤੁਹਾਨੂੰ ਪਤਾ ਹੈ ਕਿ ਰੋਡ ਐਕਸੀਡੈਂਟ ਦੇ ਕਈ ਕਾਰਨ ਹੁੰਦੇ ਆ ਕੋਈ ਵੀ ਚਲੋ 1.5 ਲੱਖ ਦੇ ਕਰੀਬ ਇਦਾਂ ਦੇ ਲੋਕ ਹੈ ਜੋ ਕਿ ਹਰ ਸਾਲ ਮਰ ਜਾਂਦੇ ਕਿੰਨਾ ਦੇ ਵਿੱਚ ਐਕਸੀਡੈਂਟ ਦੇ ਵਿੱਚ ਔਰ ਅਗਰ ਸਭ ਤੋਂ ਜ਼ਿਆਦਾ ਆਪਾਂ ਗੱਲ ਕਰੀਏ ਤਾਂ ਯੂਪੀ ਇਦਾਂ ਦੀ ਸਟੇਟ ਹੈ ਜਿੱਥੇ ਸਭ ਤੋਂ ਜ਼ਿਆਦਾ ਰੋਡ ਐਕਸੀਡੈਂਟਸ ਦੇ ਨਾਲ ਇੰਡੀਆ ਦੇ ਵਿੱਚ ਡੈਥ ਹੁੰਦੀ ਹੈ ਓਕੇ ਦੂਸਰੇ ਨੰਬਰ ਤੇ ਆ ਜਾਂਦੀ ਹੈ ਤਾਮਿਲਨਾਡੂ ਔਰ ਤੀਸਰੇ ਨੰਬਰ ਤੇ ਰਹੇਗੀ ਮਹਾਰਾਸ਼ਟਰਾ ਓਕੇ ਹਾਂਜੀ ਤਾਂ ਇੱਥੇ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਬਹੁਤ ਜ਼ਿਆਦਾ ਹਾਈ ਲੈਵਲ ਦੇ ਉੱਪਰ ਡੈਥ ਹੁੰਦੀ ਹੈ ਇੰਡੀਆ ਦੀ ਔਰ ਚੇਨਈ ਔਰ ਦਿੱਲੀ ਜੋ ਹੈ ਨਾ ਇਹ ਦੋ ਇਦਾਂ ਦੇ ਕੰਟਰੀਜ਼ ਹੈ ਜੋ ਕਿ ਬਹੁਤ ਜ਼ਿਆਦਾ ਡੇਂਜਰਸ ਮੰਨੀਆਂ ਜਾਂਦੀਆਂ ਹਨ ਰੋਡ ਐਕਸੀਡੈਂਟ ਦੇ ਮਾਮਲੇ ਦੇ ਵਿੱਚ ऐसे करके ही इस टारगेट ਨੂੰ ਲਿਆਂਦਾ ਗਿਆ ਗਵਰਨਮੈਂਟ ਵੱਲੋਂ ਕਿ ਅਸੀਂ 2024 ਤੱਕ ਬਿਲਕੁਲ ਹੀ ਕੋਸ਼ਿਸ਼ ਕਰਾਂਗੇ ਕਿ 50% ਤੱਕ ਰੋਡ ਐਕਸੀਡੈਂਟਸ ਨੂੰ ਖਤਮ ਕਰ ਦਈਏ ਇਸ ਲਈ ਕੀ ਕਰਨਗੇ ਕਿ ਜਿੰਨਾ ਜ਼ਿਆਦਾ ਇਨਫਰਾਸਟ੍ਰਕਚਰ ਜੋ ਹੈ ਨਾ ਇਹਨੂੰ ਡਿਵੈਲਪ ਕਰ ਸਕਣ ਤਾਂ ਕਿ achchhiyan roads ਵਗੈਰਾ ਬਣ ਸਕਣ ਐਟ ਲੀਸਟ ਇਨਫਰਾਸਟ੍ਰਕਚਰ ਕਰਕੇ ਕਿਸੇ ਦੀ ਵੀ ਡੈਥ ਨਾ ਹੋ ਪਵੇ 8 ਕੁਐਸਚਨ which country will issue vaccine passport for travel abroad ਉਸ ਕੰਟਰੀ ਦਾ ਨਾਮ ਦੱਸੋ ਜਿਸ ਨੇ ਹਾਲ ਹੀ ਦੇ ਵਿੱਚ ਅਨਾਉਂਸ ਕੀਤਾ ਹੈ ਕਿ ਇਹ ਜਲਦੀ ਹੀ ਵੈਕਸੀਨ ਪਾਸਪੋਰਟ ਅਨਾਉਂਸ ਕਰਨਗੇ ਕਿੰਨਾਂ ਦੇ ਲਈ ਆਪਣੇ ਟਰੈਵਲਰਜ਼ ਦੇ ਲਈ ਇਸ ਦਾ ਆਨਸਰ ਹੋ ਜਾਏਗਾ ਜਪਾਨ ਜਪਾਨ ਦੀ ਗਵਰਨਮੈਂਟ ਨੇ ਹਾਲ ਹੀ ਵਿੱਚ ਕੀ ਅਨਾਉਂਸ ਕੀਤਾ ਹੈ ਕਿ ਨੈਕਸਟ ਮੰਥ ਤੋਂ ਨਾ ਅਸੀਂ ਕੀ ਕਰਾਂਗੇ ਜਪਨੀਸ ਟਰੈਵਲਰਜ਼ ਦੇ ਲਈ ਇੱਕ ਵੈਕਸੀਨ ਪਾਸਪੋਰਟ ਲਿਆਵਾਂਗੇ ਇਸ ਨੂੰ ਇਸ਼ੂ ਕਰਾਂਗੇ ਤਾਂ ਕਿ ਜੋ ਜਪਨੀਸ ਲੋਕ ਹੈ ਆਰਾਮ ਨਾਲ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰ ਸਕਣ ਬਿਜ਼ਨਸ ਟ੍ਰਿਪ ਦੇ ਲਈ ਜਾਂ ਫਿਰ ਟੂਰਿਜ਼ਮ ਦੇ ਲਈ ਠੀਕ ਹੈ ਕਿਉਂਕਿ ਦੇਖੋ ਵਰਲਡ ਦੀਆਂ ਜੋ ਵੱਡੀਆਂ-ਵੱਡੀਆਂ ਕੰਟਰੀਜ਼ ਐ ਇਹ ਕੀ ਕੋਸ਼ਿਸ਼ ਕਰ ਰਹੀ ਐ ਕਿ ਨੋਰਮਲ ਟਰੈਕ ਦੇ ਉੱਪਰ ਲੈ ਕੇ ਆਇਆ ਜਾ ਸਕੇ ਦੁਬਾਰਾ ਤੋਂ ਵਰਲਡ ਨੂੰ ਔਰ ਟ੍ਰੇਡ ਨੂੰ ਵੀ ਬढ़ावा ਦਿੱਤਾ ਜਾ ਸਕੇ ਇਸ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਜ਼ ਲੈ ਕੇ ਆ ਰਹੀ ਐ ਓਕੇ ਅਗਰ ਤੁਸੀਂ ਕਰੰਟ ਦੇ ਵਿੱਚ ਗੱਲ ਕਰੋਗੇ ਤਾਂ ਜੋ ਯੂਰੋਪੀਅਨ ਯੂਨੀਅਨ ਐ ਨਾ ਐਨੇ ਵੀ ਕੀ ਪਲਾਨ ਕਰ ਰਹੀ ਐ ਕਿ ਅਸੀਂ ਇੱਕ ਡਿਜੀਟਲ ਪਾਸਪੋਰਟ ਲੈ ਕੇ ਆਵਾਂਗੇ ਜਿੰਨੇ ਵੀ ਵੈਕਸੀਨੇਟ ਵੈਕਸੀਨੇਟ ਹੋ ਚੁੱਕੇ ਨਾ ਪਰਸਨਸ ਉਹਨਾਂ ਦੇ ਲਈ ਅਗਰ ਯੂਐਸ ਦੀ ਗੱਲ ਕਰਦੇ ਹਾਂ ਤਾਂ ਐਨਐਨਐ ਵੀ ਵੈਕਸੀਨੇਟਿਡ ਅਮਰੀਕਨਸ ਦੇ ਲਈ ਸਪੈਸ਼ਲ ਡਾਕੂਮੈਂਟਸ ਨੂੰ ਲਾਗੂ ਕਰਨ ਦੇ ਲਈ ਸਕੀਮ ਨੂੰ ਲੈ ਕੇ ਆਉਂਦੀ ਕੋਸ਼ਿਸ਼ਾਂ ਕਰ ਦਿੱਤੀ ਹੈ ਓਕੇ ਹੁਣ ਅਗਰ ਆਪਾਂ ਜਪਾਨ ਦੀ ਗੱਲ ਕਰਦੇ ਹਾਂ ਤਾਂ ਇੱਥੇ ਤੁਹਾਨੂੰ ਜਪਾਨ ਦੀ ਲੋਕੇਸ਼ਨ ਮਿਲ ਰਹੀ ਹੋएगी ਅਤੇ ਬਹੁਤ ਸਾਰੇ ਆਈਲੈਂਡ ਹੈ ਜੋ ਕਿ ਜਪਾਨ ਦੇ ਵਿੱਚ ਆਉਂਦੇ ਹਨ ਠੀਕ ਹੈ ਇਸੇ ਕਰਕੇ ਇਹਨੂੰ ਬੋਲਿਆ ਜਾਂਦਾ ਹੈ ਆਰਕੀਪੀਲਾਗੋ ਆਫ ਜਪਾਨ ਆਰਕੀਪੀਲਾਗੋ ਇਦਾਂ ਦੀ ਇੱਕ टर्म ਹੈ ਜੀਓਗ੍ਰਾਫੀ ਦੇ ਵਿੱਚ ਜੋ ਕਿ ਕਾਫੀ ਜ਼ਿਆਦਾ ਆਈਲੈਂਡ ਨੂੰ ਮਿਲ ਕੇ ਅਗਰ ਕੋਈ ਜਗ੍ਹਾ ਬਣੇਗੀ ਤਾਂ ਇਹਨੂੰ ਬੋਲਿਆ ਜਾਂਦਾ ਹੈ ਆਰਕੀਪੀਲਾਗੋ ਓਕੇ ਔਰ ਜੋ ਜਪਾਨ ਹੈ ਇਹਦੇ ਵਿੱਚ ਕਿੰਨੇ ਆਈਲੈਂਡ ਹੈਗੇ ਆ 6852 ਦੇ ਕਰੀਬ ਇਹਦੇ ਵਿੱਚ ਆਇਲੈਂਡ ਹੈ ਪਰ ਇਹਦੇ ਵਿੱਚ ਪੰਜ ਜੋ ਆਇਲੈਂਡ ਹੈ ਨਾ ਉਹ ਮੇਨ ਮੰਨੇ ਜਾਂਦੇ ਆ ਓਕੇ ਸਭ ਤੋਂ ਪਹਿਲਾਂ ਤੁਸੀਂ ਉੱਪਰ ਦੇਖੋ ਇੱਥੇ ਤੁਹਾਨੂੰ ਦਿਖ ਰਿਹਾ ਹੋਗਾ ਹੋਕਾਇਡੋ ਪਹਿਲਾ ਇਹ ਹੋ ਗਿਆ ਦੂਸਰੇ ਨੰਬਰ ਤੇ ਆ ਜਾਏਗਾ ਹੋਂਸ਼ੂ ਓਕੇ ਤੀਸਰਾ ਹੈ ਅੰਦਰ ਸ਼ਿਕੋਕੂ ਐਂਡ ਫਿਰ ਆ ਜਾਏਗਾ ਕਿਊਸ਼ੂ ਐਂਡ ਸਭ ਤੋਂ ਲਾਸਟ ਤੇ ਆਂਦਾ ਹੈ ਓਕੀਨਾਵਾ ਆਇਲੈਂਡ ਇਹ ਪੰਜ ਆਇਲੈਂਡ ਤੁਹਾਨੂੰ ਯਾਦ ਰੱਖਣੇ ਚਾਹੀਦੇ ਆ ਜਿਨ੍ਹਾਂ ਦੇ ਨਾਲ ਮਿਲ ਕੇ ਕੀ ਬੰਦਾ ਹੈ ਜਪਾਨ ਬੰਦਾ ਓਕੇ ਔਰ ਜੋ ਇਹਦੀ ਕੈਪੀਟਲ ਹੈ ਜਪਾਨ ਦੀ ਇਹ ਕਿਹੜੀ ਹੋ ਜਾਏਗੀ ਟੋਕੀਓ राइट एंड एंडरे जो प्राइम मिनिस्टर ने सॉरी और रह जाएंगे जोशी हिते सुगाजी ऑलराइट और जो जापान है ना एंड के नाल ना चाइना जो है एंदा एक सी है इसको बोलंदा ईस्ट चाइना सी ओवे जापान दे नाल ही लगेगा यानी कि जापान दे नीचे वाली साइड ईस्ट चाइना सी दी लोकेशन मिलेगी ओके हां जी व्हिच डे वाज ऑब्जर्वड ऑन 17th ऑफ जून 17 जून नु हाल ही दे विच केड़ा दिन मनाया गया ता इस दा आंसर हो जाएगा ਡੀ ਸਰਟੀਫਿਕੇਸ਼ਨ ਐਂਡ ਡਰੌਟ ਡੇ ਅਗਰ ਆਪਾਂ ਬਾਕੀ ਆਪਸ਼ਨ ਦੇਖੀਏ ਤਾਂ ਜੋ ਵਰਲਡ ਬਾਈਸਾਈਕਲ ਡੇ ਹੈ ਇਹ ਮਨਾਇਆ ਗਿਆ ਸੀ ਕਦੋਂ 3 ਜੂਨ ਨੂੰ ਐਂਡ ਵਰਲਡ ਓਸ਼ਨ ਡੇ ਮਨਾਇਆ ਗਿਆ 8th ਆਫ ਜੂਨ ਨੂੰ ਦੈਨ ਵਰਲਡ ਡੇ ਅਗੇਂਸਟ ਚਾਈਲਡ ਲੇਬਰ ਇਹ ਕਦੋਂ ਮਨਾਇਆ ਗਿਆ ਸੀਗਾ ਇਹ ਹੋਇਆ 12th ਆਫ ਜੂਨ ਨੂੰ ਓਕੇ ਐਂਡ 17th ਜੂਨ ਨੂੰ ਮਨਾਇਆ ਗਿਆ ਡੀ ਸਰਟੀਫਿਕੇਸ਼ਨ ਐਂਡ ਡਰੌਟ ਡੇ ਦੇ ਰੂਪ ਦੇ ਵਿੱਚ ਦੇਖੋ ਇਹ ਹਰ ਸਾਲ ਹੀ ਮਨਾਇਆ ਜਾਂਦਾ ਹੈ 17th ਆਫ ਜੂਨ ਨੂੰ ਤਾਂ ਕਿ ਜੋ ਪਬਲਿਕ ਹੈ ਉਹਨੂੰ ਅਵੇਅਰ ਕੀਤਾ ਜਾ ਸਕੇ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਸੋਕੇ ਦੀ ਜਾਂ ਫਿਰ ਮਾਰੂਥਲ ਦੀ ਸਮੱਸਿਆ ਨੂੰ ਨਿਪਟਣ ਦੇ ਲਈ ਕਿਹੜੇ-ਕਿਹੜੇ ਯਤਨ ਕੀਤੇ ਜਾ ਰਹੇ ਹੈ ਠੀਕ ਹੈ ਔਰ ਯੂਨਾਈਟਿਡ ਨੇਸ਼ਨ ਨੇ ਜਦੋਂ 1994 ਦੇ ਵਿੱਚ ਪਹਿਲੀ ਵਾਰੀ ਬੋਲਿਆ ਸੀ ਕਿ ਅਸੀਂ ਇਸ ਦਿਨ ਨੂੰ ਮਨਾਵਾਂਗੇ ਔਰ ਉਸ ਤੋਂ ਬਾਅਦ ਹਰ ਸਾਲ ਇਹਨੂੰ ਮਨਾਇਆ ਜਾਂਦਾ ਹੈ ਓਕੇ ਅਗਰ ਆਪਾਂ ਗੱਲ ਕਰੀਏ ਕਿ ਇਸ ਸਾਲ ਦਾ ਜੋ ਥੀਮ ਸੀਗਾ ਉਹ ਕੀ ਰਿਹਾ ਤਾਂ ਇਹ ਹੋ ਜਾਏਗਾ ਰੀਸਟੋਰੇਸ਼ਨ ਲੈਂਡ रिकवरी ठीक है ए इस बार ही दा थीम सिगा और आगे ਤੁਸੀਂ கரنٹ ਨਾਲ ریلیਟ ਕਰੋਗੇ ਤਾਂ ਇਹ ਕੁਝ ਇੰਪੋਰਟੈਂਟ ਡੇ ਨੇ ਜੋ ਕਿ सेलिब्रेट ਕੀਤੇ ਗਏ 1 ਜੂਨ ਨੂੰ ਵਰਲਡ ਮਿਲਕ ਡੇ 3 ਜੂਨ ਬਾਈਸਾਈਕਲ ਡੇ 5th ਜੂਨ এনवायरमेंट ਡੇ 7th ਜੂਨ ਫੂਡ ਸੇਫਟੀ ਡੇ 8th ਜੂਨ ਓਸ਼ੀਅਨ ਡੇ ਐਂਡ 12th ਜੂਨ ਨੂੰ ਵਰਲਡ ਡੇ ਅਗੇਂਸਟ ਚਾਈਲਡ ਲੇਬਰ ਇਹ ਆਪਾਂ ਸਾਰੇ ਹੀ கரنٹ ਅਫੇਅਰਸ ਦੇ ਵਿੱਚ ਕੀਤੇ ਹੋਏ ਆ ਔਰ ਇਸ ਦੇ ਨਾਲ ਨਾਲ ਆਪਾਂ ਇੱਕ ਹੋਰ கரنٹ ਅਫੇਅਰ ਕੀ ਕੀਤਾ ਸੀ ਕਿ ਇੰਡੀਆ ਨੇ ਵੀ ਆਪਣਾ ਇੱਕ ਟਾਰਗੇਟ ਸੈੱਟ ਕੀਤਾ ਹੈ ਕਿ ਇੰਡੀਆ ਦੇ ਵਿੱਚ ਜਿੰਨੇ ਵੀ ਜੀਓਗ੍ਰਾਫੀਕਲ ਏਰੀਆ ਹੈ ਇਹਦੇ ਜੋ ਡੀਗ੍ਰੇਡੇਡ لینڈ ਹੈ ਯਾਨੀ ਕਿ ਜੋ ਬੰਜਰ ਜ਼ਮੀਨ ਹੈ ਨਾ ਉਹਨੂੰ ਅਸੀਂ ਕੀ ਕਰਾਂਗੇ 2030 ਤੱਕ ਗ੍ਰੀਨਰੀ ਦੇ ਵਿੱਚ ਕਨਵਰਟ ਕਰਾਂਗੇ ਪਰ ਇਹ ਕਿੰਨੀ ਰਹੇਗੀ ਇਹ ਰਹੇਗੀ 26 ਮਿਲੀਅਨ ਹੈਕਟੇਰ ਦੀ ਜ਼ਮੀਨ 올 ਰਾਈਟ ਅ ਨਿਊ ਟੈਡੀ ਗ੍ਰੇਡ ਸਪੀਸੀਜ਼ ਆਫ ਜੀਨਸ ਸਟਾਈਗੈਕਟਸ ਫਾਊਂਡ ਇਨ ਵਿਚ ਸਟੇਟ ਆਪਾ ਉਸ ਰਾਜ ਦਾ ਨਾਮ ਦੱਸਣਾ ਜਿੱਥੇ ਕੀ ਹਾਲ ਹੀ ਦੇ ਵਿੱਚ ਨਾ ਟੈਡੀ ਗ੍ਰੇਡ ਦੀ ਇੱਕ ਸਪੀਸੀਜ਼ ਮਿਲੀ ਹੈ ਕਿਹੜੇ ਜੀਨਸ ਵਾਲੀ स्टाइगैक्टिस दी ठीक है ता इस दा आंसर की हो जाएगा केरला देखो केरला ਦੇ ਨਾਮ ਦੇ ਉੱਪਰ ਹੀ ਇਸ ਨੂੰ ਨਾਮ ਦਿੱਤਾ ਗਿਆ ਹੈ ਪਹਿਲਾਂ ਸਟਾਈਗੈਕਟਸ ਤਾਂ ਆ ਹੀ ਜਾਏਗਾ ਉਸ ਦੇ ਨਾਲ ਲਾਸਤੇ ਕੀ ਰੱਖਿਆ ਗਿਆ ਹੈ ਕੇਰਲੈਂਸਿਸ ओके और ये वाली स्पीशीज मिली है हाल ही के ਵਿੱਚ केरला ਦੇ ਵਿੱਚ और ये ਹੁੰਦਾ ਕੀ ਹੈ ਬਹੁਤ ਹੀ ਛੋਟੇ ਛੋਟੇ ਮਾਈਕਰੋ অর্গানিਜ਼ਮਸ ਹੁੰਦੇ ਆ और ਇਹਨਾਂ ਨੂੰ ਕਾਮਨਲੀ ਬੋਲਿਆ ਜਾਂਦਾ ਹੈ ਮੋਸਟ ਪਿਗਲੇਟਸ ਜਾਂ ਫਿਰ ਵਾਟਰ ਬੀਅਰਸ ओके ਇੱਥੇ ਤੁਸੀਂ ਇਹਨਾਂ ਦੀ ਇਮੇਜ ਦੇਖ پا ਰਹੇ ਹੋ ਔਰ ਇਹ ਜੋ ਹੁੰਦੇ ਆ ਨਾ ਇੰਨੇ ਜ਼ਿਆਦਾ ਛੋਟੇ ਹੁੰਦੇ ਆ ਕਿ ਇਹਨਾਂ ਨੂੰ ਟਾਈਨੀ ਤੇ ਰਹਿੰਦੇ ਆ ਪਰ ਇਹਦੇ ਨਾਲ ਨਾਲੇ ਟਫ ਵੀ ਹੁੰਦੇ ਆ ਓਕੇ ਔਰ ਇਹਨਾਂ ਨੂੰ ਦੇਖਣ ਦੇ ਲਈ ਆਪਾਂ ਨੂੰ ਬਹੁਤ ਹੀ ਜ਼ਿਆਦਾ ਹਾਈ ਐਂਡ ਵਾਲੇ ਮਾਈਕਰੋਸਕੋਪ ਦੀ ਜ਼ਰੂਰਤ ਪੈਂਦੀ ਹੈ ਔਰ ਇਹਨਾਂ ਨੂੰ ਲੇਮਨ ਲੈਂਗੁਏਜ ਦੇ ਵਿੱਚ ਵਾਟਰ ਬੀਅਰ ਬੋਲਿਆ ਜਾਂਦਾ ਜਾਂ ਫਿਰ ਮੋਸ ਪਿਕਲੇਟ ਬੋਲਿਆ ਜਾਂਦਾ ਔਰ ਇਹਨਾਂ ਨੂੰ ਨਾ ਚਾਹੇ ਛੋਟੇ ਛੋਟੇ ਆ ਫਿਰ ਵੀ ਇਹ ਹਾਰਡੀਐਸਟ ਐਨੀਮਲ ਹੈਗੇ ਆ ਪੂਰੇ ਪਲੈਨਟ ਅਰਥ ਦੇ ਉੱਪਰ ਵਨ ਆਫ ਦਾ ਹਾਰਡੀਐਸਟ ਟੈਲੀਬਲ ਓਕੇ ਔਰ ਜੇ ਤੁਸੀਂ ਦੇਖ ਪਾ ਰਹੇ ਹੋ ਕਿ ਅੰਦਰ ਕੈਰੇਲਾ ਦੇ ਅਗੇਂਸਟ ਨਾਮ ਰੱਖਿਆ ਗਿਆ ਹੈ ਔਰ ਇਹ ਇਦਾਂ ਦੀ ਪਹਿਲੀ ਸਪੀਸੀਸ ਹੈ ਜੋ ਕਿ ਆਪਣੇ ਮੈਰੀਨ ਦੇ ਵਿੱਚ ਮਿਲੀ ਹੈ ਇੰਡੀਅਨ ਵਾਟਰ ਦੇ ਵਿੱਚ ਇਸ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਅਗਰ ਆਪਾਂ ਗੱਲ ਕਰਦੇ ਆ ਨਾ ਤਾਂ ਇਹ ਸਪੀਸੀਸ ਇੰਨੀ ਜ਼ਿਆਦਾ ਹਾਰਡ ਹੁੰਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕਲਾਈਮੇਟ ਐਕਸਟ੍ਰੀਮ ਪ੍ਰੈਸ਼ਰ ਹੋਏ ਐਕਸਟ੍ਰੀਮ ਟੈਂਪਰੇਚਰ ਹੋਏ ਰੇਡੀਏਸ਼ਨ ਹੋਏ ਜਾਂ ਫਿਰ ਡੀਹਾਈਡਰੇਸ਼ਨ ਹੋਏ ਇਹ ਸਾਰਾ ਕੁਝ ਹੀ ਬਰਦਾਸ਼ਤ ਕਰ ਲੈਂਦੀ ਹੈ ਓਕੇ ਇੰਨੀ ਜ਼ਿਆਦਾ ਇਹ ਹਾਰਡ ਹੁੰਦੀ ਹੈ ਓਕੇ ਤਾਂ ਇਹ ਕਿੱਥੋਂ ਮਿਲਿਆ ਹੈ ਕੇਰਲਾ ਦੇ ਵਿੱਚ ਅਗਰ ਆਪਾਂ ਕੇਰਲਾ ਦੀ ਗੱਲ ਕਰੀਏ ਤਾਂ ਹੁਣ ਤੱਕ ਤਾਂ ਤੁਹਾਨੂੰ ਇਹਦੇ ਕਰੰਟ ਅਫੇਅਰ ਪੂਰੀ ਤਰ੍ਹਾਂ ਰੱਟੇ ਹੋਣਗੇ ਇੱਥੇ ਦੀ ਕੈਪੀਟਲ ਹੋ ਜਾਏਗੀ ਥਿਰੂ ਵਨੰਤਪੁਰਮ ਸੀਐਮ ਰਣਗੇ ਪਿੰਨਰਾਈ ਵਿਜਨਜੀ ਗਵਰਨਰ ਹੋ ਜਾਣਗੇ ਆਰੀਫ ਮੁਹੰਮਦ ਖਾਨ ਐਂਡ ਫਸਟ ਐਦਾਂ ਦੀ ਸਟੇਟ ਹੈ ਜਿਸ ਨੇ ਕੀ ਰੈਜ਼ੋਲੂਸ਼ਨ ਲਿਆਂਦਾ ਸੀਗਾ ਅਗੇਂਸਟ ਆਫ ਸੀਏਏ ਰਾਈਟ ਔਰ 100% ਐਜੂਕੇਸ਼ਨ ਨੂੰ ਡਿਜੀਟਲਾਈਜ਼ ਕਰਨ ਵਾਲੀ ਸਟੇਟ ਇਹ ਹੀ ਹੈ ਨੋਲੇਜ ਮਿਸ਼ਨ ਦੀ ਸ਼ੁਰੂਆਤ ਵੀ ਕੇਰਲਾ ਦੇ ਵਿੱਚ ਕੀਤੀ ਗਈ ਇੱਥੇ ਇੱਕ ਸਕੀਮ ਲੈਂਦੇ ਕਿ ਵਨ ਸਕੂਲ ਵਨ ਆਈਐਸ ਐਂਡ ਪਹਿਲੀ ਏਦਾਂ ਦੀ ਸਟੇਟ ਹੈ ਜਿਸ ਨੇ ਕੀ ਮਿਨਿਮਮ ਸਪੋਰਟ ਪ੍ਰਾਈਸ ਫਿਕਸ ਕੀਤਾ ਕਿੰਨਾਂ ਲਈ ਵੈਜੀਟੇਬਲਸ ਦੇ ਲਈ ਔਰ ਪਹਿਲਾ ਇੰਟਰਨੈਸ਼ਨਲ ਔਮਨ ਟ੍ਰੇਡ ਸੈਂਟਰ ਇਹ ਵੀ ਕਿੱਥੇ ਖੋਲਿਆ ਗਿਆ ਕੇਰਲਾ ਦੇ ਵਿੱਚ ਹੀ ਵਰਲਡ ਦਾ ਪਹਿਲਾ ਸੋਲਰ ਆਪਰੇਟਿਡ 에어ਪੋਰਟ ਇਹ ਕਿੱਥੇ ਹੈ ਕੋਚੀ ਕੇਰਲਾ ਐਂਡ ਇੰਡੀਆ ਦੀ ਜੋ ਯੰਗੇਸਟ ਮੇਅਰ ਜੋ ਕਿ ਜਿਨ੍ਹਾਂ ਦਾ ਨਾਮ ਹੈ ਆਰੀਆ ਰਾਜੇਂਦਰਨ ਜੀ ਇਹ ਵੀ ਕੇਰਲਾ ਦੇ ਕੈਪੀਟਲ ਥਿਰਵਨੰਦਪੁਰਮ ਤੋਂ ਹੀ ਬਿਲੋਂਗ ਕਰ ਦਿਆ ਓਕੇ ਤਾਂ ਐਸੀ ਅੱਜ ਦੇ ਸਾਰੇ ਹੀ ਇੰਪੋਰਟੈਂਟ ਕਰੰਟ ਅਫੇਅਰਸ ਅਗਰ ਸੈਸ਼ਨ ਅੱਛਾ ਲੱਗ ਗਿਆ ਹੋਵੇ ਤਾਂ ਲਾਈਕ ਜ਼ਰੂਰ ਕਰਨਾ ਐਂਡ ਆਪਣੇ ਸਟੱਡੀ ਗਰੁੱਪਸ ਦੇ ਵਿੱਚ WhatsApp Telegram ਤੇ ਜ਼ਰੂਰ ਸ਼ੇਅਰ ਕਰਨਾ ਤਾਂ ਫਿਰ ਮਿਲਦੇ ਆਂ ਕੱਲ ਦੇ ਸੈਸ਼ਨ ਦੇ ਵਿੱਚ ਟਿਲ ਦੈਨ ਟੇਕ ਕੇਅਰ ਐਂਡ ਬਾਏ ਬਾਏ